ਦੋਨੋਂ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਦੀ ਆਪਸੀ ਸਿਆਸੀ ਖਹਿਬਾਜ਼ੀ ਤਾਂ ਜੱਗ ਜ਼ਾਹਰੇ, ਜਿੱਥੇ ਦੋਨੋਂ ਪਾਰਟੀਆਂ ਦੇ ਲੀਡਰ ਇੱਕ ਦੂਜੇ 'ਤੇ ਸਿਆਸੀ ਦੂਸ਼ਣਬਾਜ਼ੀਆਂ ਲਾਉਂਦੇ ਰਹਿੰਦੇ ਨੇ, ਉੱਥੇ ਹੀ ਆਪਣੀਆਂ ਖਾਮੀਆਂ ਨੂੰ ਭੁੱਲ ਕੇ ਵਿਰੋਧੀਆਂ 'ਤੇ ਤੀਰ ਅੰਦਾਜ਼ੀ ਕਰਨੀ ਵੀ ਨਹੀਂ ਭੁੱਲਦੇ। ਹਾਲ ਹੀ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਇਕਬਾਲ ਸਿੰਘ ਵੱਲੋਂ ਲਿਖੀ ਚਿੱਠੀ ਦੇ ਚੱਲਦਿਆਂ ਵਿਵਾਦਾਂ ਦਾ ਸਾਹਮਣਾ ਕਰ ਰਹੇ ਨੇ ਅਤੇ ਹੁਣ ਸੁਖਬੀਰ ਬਾਦਲ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦੇ ਇੱਕ ਫੈਸਲੇ ਖਿਲਾਫ ਘੇਰਨ 'ਚ ਲੱਗੇ ਹੋਏ ਨੇ। ਦਰਅਸਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਦੀ ਜੇਲ੍ਹ 'ਚ ਬੰਦ 4 ਪੁਲਿਸ ਕੈਦੀਆਂ ਦੀ ਰਿਹਾਈ ਲਈ ਸਿਫਾਰਿਸ਼ ਕੀਤੀ ਹੈ, ਜਿਸ 'ਤੇ ਸੁਖਬੀਰ ਸਿੰਘ ਬਾਦਲ ਨੇ ਇਤਰਾਜ਼ ਜਤਾਇਆ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਹ 4 ਕੈਦੀ ਉਹੀ ਪੁਲਿਸ ਕਰਮੀ ਨੇ ਜਿਨ੍ਹਾਂ ਨੇ 1993 'ਚ ਲੁਧਿਆਣਾ ਦੇ ਪਿੰਡ ਸਹਾਰਨ ਮਾਜਰਾ ਦੇ ਸਿੱਖ ਨੌਜਵਾਨ ਹਰਜੀਤ ਸਿੰਘ ਨੂੰ ਅਗਵਾ ਕਰਕੇ ਝੂਠੇ ਪੁਲਿਸ ਮੁਕਾਬਲੇ 'ਚ ਮਾਰ ਮੁਕਾਇਆ ਸੀ। ਸਰਦਾਰ ਬਾਦਲ ਦੀ ਤਰਕ ਹੈ ਕਿ ਇਹਨਾਂ ਪੁਲਿਸ ਕਰਮੀਆਂ ਨੇ ਆਪਣੀ ਸਮੇਂ ਤੋਂ ਪਹਿਲਾਂ ਤਰੱਕੀ ਕਰਵਾਉਣ ਲਈ ਅਜਿਹੀ ਘਿਨਾਉਣੀ ਹਰਕਤ ਨੂੰ ਅੰਜਾਮ ਦਿੱਤਾ ਹੈ। ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹਨਾਂ ਕੈਦੀਆਂ ਦੀ ਸਜ਼ਾ ਮੁਆਫੀ ਲਈ ਕੀਤੀ ਸਿਫਾਰਿਸ਼ 'ਤੇ ਘੇਰਿਆ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਇਸ ਫੈਸਲੇ ਦੇ ਵਿਰੋਧ ਵਿੱਚ ਡਟ ਕੇ ਲੜਾਈ ਲੜੇਗਾ। ਉਹਨਾਂ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਵਾਅਦਾ ਕੀਤਾ ਕਿ ਅਕਾਲੀ ਦਲ ਇਸ ਲੜਾਈ ਨੂੰ ਆਖਿਰ ਤੱਕ ਲੜੇਗਾ ਅਤੇ ਪਰਿਵਾਰ ਵੱਲੋਂ 20 ਸਾਲ ਤੱਕ ਇਨਸਾਫ ਲਈ ਲੜੀ ਲੜਾਈ ਵਿਅਰਥ ਨਹੀਂ ਜਾਏਗੀ। ਸੁਖਬੀਰ ਨੇ ਕਿਹਾ ਕਿ ਉਹ ਇਹਨਾਂ 4 ਕੈਦੀਆਂ ਦੀ ਮੁਆਫੀ ਦੇ ਮਾਮਲੇ 'ਚ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਪਾਸ ਵੀ ਗੁਹਾਰ ਲਾਉਣਗੇ ਅਤੇ ਇਸ ਗੈਰ ਕਾਨੂੰਨੀ ਫੈਸਲੇ ਨੂੰ ਵਾਪਸ ਦਿਵਾਉਣ ਦੇ ਯਤਨ ਕਰਨਗੇ। ਉਹਨਾਂ ਕਿਹਾ ਕਿ ਅਕਾਲੀ ਦਲ ਦਾ ਵਫਦ ਗ੍ਰਹਿ ਮੰਤਰੀ ਨੂੰ ਉਸ ਹਾਲਤ ਦੀ ਵੀ ਜਾਂਚ ਕਰਨ ਦੀ ਬੇਨਤੀ ਕਰੇਗਾ ਜਿਸ 'ਚ 4 ਪੁਲਿਸ ਕਰਮੀਆਂ ਨੂੰ ਗੈਰ ਕਾਨੂੰਨੀ ਮੁਆਫੀ ਦਿੱਤੀ ਗਈ ਹੈ ਅਤੇ ਸੰਵਿਧਾਨ ਦੇ ਆਰਟੀਕਲ 161 ਤਹਿਤ ਸਰਕਾਰ ਨੂੰ ਮਿਲੀ ਇਸ ਤਾਕਤ ਦੀ ਹੋਈ ਦੁਰਵਰਤੋਂ ਲਈ ਜ਼ਿੰਮੇਵਾਰੀ ਤੈਅ ਕਰਨ ਲਈ ਕਹੇਗਾ। ਇੱਥੇ ਸੁਖਬੀਰ ਨੇ ਕੈਪਟਨ ਅਮਰਿੰਦਰ ਸਿੰਘ ਪਾਸੋਂ ਜਵਾਬ ਮੰਗਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ 1993 ਵਿੱਚ ਅਗਵਾ ਕਰਨ ਮਗਰੋਂ ਇੱਕ ਨੌਜਵਾਨ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਵਾਲੇ 4 ਪੁਲਿਸ ਕਰਮਚਾਰੀਆਂ ਨੂੰ ਬਿਨਾਂ ਕੋਈ ਜਨਤਕ ਵਿਚਾਰ ਚਰਚਾ ਕੀਤੇ ਚੁੱਪ ਚਪੀਤੇ ਮੁਆਫ਼ੀ ਕਿਉਂ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ 4 ਪੁਲਿਸ ਕਰਮੀਆਂ ਨੂੰ ਮੁਆਫ਼ੀ ਦੇਣ ਪਿੱਛੇ ਕਰਨ ਵਾਲੀ ਸਿਫਾਰਿਸ਼ ਦਾ ਅਸਲੀ ਮੰਤਵ ਦੱਸਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਇਹ ਵੀ ਦੱਸਣਾ ਚਾਹੀਦਾ ਕਿ ਉਹਨਾਂ ਦੀ ਮਜਬੂਰੀ ਕੀ ਰਹੀ ਹੈ। ਉਹਨਾਂ ਕਿਹਾ ਕਿ ਇਸ ਮੁਆਫ਼ੀ ਪਿੱਛੇ ਕੋਈ ਹਮਦਰਦੀ ਵਾਲੀ ਵਜ੍ਹਾ ਤਾਂ ਨਹੀਂ ਜਾਪਦੀ, ਜੋ ਕਿ ਵਿਰਲਿਆਂ 'ਚੋਂ ਵਿਰਲੇ ਕੇਸਾਂ ਵਿੱਚ ਮੁਆਫ਼ੀ ਦੇਣ ਲਈ ਅਕਸਰ ਵਰਤੀ ਜਾਂਦੀ ਹੈ। ਦੋਸ਼ੀ ਪੁਲਿਸ ਕਰਮੀਆਂ ਨੂੰ ਮਿਲੀ ਉਮਰ ਕੈਦ ਦੀ ਸਜ਼ਾ ਮਗਰੋਂ ਉਹ ਸਿਰਫ 4.5 ਸਾਲ ਹੀ ਜੇਲ੍ਹ ਵਿੱਚ ਰਹੇ। ਉਹਨਾਂ ਕਿਹਾ ਕਿ ਅਜਿਹੇ ਕਰੂਰਤਾ ਵਾਲੇ ਮਾਮਲੇ ਵਿੱਚ ਪੁਲਿਸ ਕਰਮੀ ਮਿਸਾਲੀ ਸਜ਼ਾ ਦਿੱਤੇ ਜਾਣ ਦੇ ਹੱਕਦਾਰ ਸਨ। ਉਹਨਾਂ ਕਿਹਾ ਕਿ ਪੀੜਤ ਦੇ ਪਿਤਾ ਮਹਿੰਦਰ ਸਿੰਘ ਦੀ ਬੇਨਤੀ ਉੱਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਹਰਜੀਤ ਸਿੰਘ ਦੀ ਮੌਤ ਦੀ ਜਾਂਚ CBI ਨੂੰ ਸੌਂਪੇ ਜਾਣ ਮਗਰੋਂ ਜਾਂਚ ਏਜੰਸੀ ਪੁਲਿਸ ਕਰਮੀਆਂ ਵਿਰੁੱਧ ਕੇਸ 'ਚ ਡੂੰਘੀ ਜਾਂਚ ਕੀਤੀ ਸੀ। CBI ਦੀ ਇੱਕ ਵਿਸ਼ੇਸ਼ ਅਦਾਲਤ ਨੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸਰਦਾਰ ਬਾਦਲ ਨੇ ਕਿਹਾ ਕਿ ਕਿੰਨੀ ਅਜੀਬ ਅਤੇ ਗੈਰ ਮਨੁੱਖੀ ਗੱਲ ਹੈ ਕਿ ਕਾਂਗਰਸ ਕਾਨੂੰਨ ਦੇ ਖਿਲਾਫ ਜਾ ਕੇ ਉਹਨਾਂ 4 ਪੁਲਿਸ ਕਰਮੀਆਂ ਨੂੰ ਰਾਹਤ ਦੇਣਾ ਚਾਹੁੰਦੀ ਹੈ ਜਿਨ੍ਹਾਂ ਨੂੰ ਲੰਬੀ ਕਾਨੂੰਨੀ ਲੜਾਈ ਮਗਰੋਂ ਸਜ਼ਾ ਦਿਵਾਈ ਗਈ ਸੀ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਾਤਲ ਪੁਲਿਸ ਕਰਮੀਆਂ ਲਈ ਜਾਗੀ ਇਸ ਹਮਦਰਦੀ ਦੀ ਵਜ੍ਹਾ ਜ਼ਰੂਰ ਦੱਸਣੀ ਚਾਹੀਦੀ ਹੈ। ਇੱਥੇ ਜ਼ਿਕਰਯੋਗ ਹੈ ਕਿ ਇਹਨਾਂ 4 ਪੁਲਿਸ ਕਰਮੀਆਂ ਵਿੱਚੋਂ 3 ਉੱਤਰ ਪ੍ਰਦੇਸ਼ ਦੇ ਸਨ, ਜਿਨ੍ਹਾਂ ਵਿੱਚ ਬ੍ਰਿਜ ਲਾਲ ਵਰਮਾ ਪੁੱਤਰ ਬਾਲਾਦੀਨ, ਹਰਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ, ਓਂਕਾਰ ਸਿੰਘ ਪੁੱਤਰ ਮਾਧੋ ਸਿੰਘ ਅਤੇ ਰਵਿੰਦਰ ਕੁਮਾਰ ਪੁੱਤਰ ਮੋਰ ਧਵਜ ਸ਼ਾਮਲ ਨੇ। ਇਹਨਾਂ 4 ਕੈਦੀਆਂ ਦੀ ਮੁਆਫ਼ੀ ਲਈ ਪੰਜਾਬ ਰਾਜਪਾਲ ਵੱਲੋਂ ਵੀ ਹੁਕਮ ਜਾਰੀ ਕਰ ਦਿੱਤੇ ਗਏ ਨੇ। ਸਿੱਖ ਨੌਜਵਾਨ ਦੇ ਕਤਲ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਭੁਗਤਣ ਵਾਲੇ ਇਹਨਾਂ ਪੁਲਿਸ ਕਰਮੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਹੋਣਾ ਵੀ ਆਪਣੇ ਆਪ 'ਚ ਇੱਕ ਵੱਡਾ ਸਵਾਲ ਬਣੀ ਹੋਈ ਹੈ। ਪਰ ਜੇ ਦੂਜੇ ਪੱਖ ਤੋਂ ਦੇਖੀਏ, ਇਸ ਦੀ ਵਿਰੋਧਤਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ
ਸੁਖਬੀਰ ਸਿੰਘ ਬਾਦਲ ਖੁਦ ਵੀ ਡੇਰਾ ਮੁਖੀ ਨੂੰ ਮਾਫ਼ੀ ਦੇਣ ਦੇ ਵਿਵਾਦ ਦਾ ਸਾਹਮਣਾ ਕਰ ਰਹੇ ਨੇ। ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਇੱਕ ਚਿੱਠੀ ਨਸ਼ਰ ਕਰਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਡੇਰਾ ਮੁਖੀ ਦੀ ਮੁਆਫ਼ੀ ਲਈ ਦੋਸ਼ੀ ਠਹਿਰਾਇਆ ਸੀ। ਮਾਮਲਾ ਚਾਹੇ ਡੇਰਾ ਮੁਖੀ ਦੀ ਮੁਆਫ਼ੀ ਦਾ ਹੋਵੇ ਜਾਂ ਫਿਰ ਸਿੱਖ ਨੌਜਵਾਨ ਦੇ ਕਤਲ 'ਚ ਸਜ਼ਾ ਭੁਗਤ ਰਹੇ ਪੁਲਿਸ ਕਰਮਚਾਰੀਆਂ ਦੀ ਮੁਆਫ਼ੀ ਦਾ, ਇਹ ਸਿਆਸੀ ਖਿਡਾਰੀ ਆਪਣੀਆਂ ਰੋਟੀਆਂ ਹਰ ਖੁਸ਼ੀ ਗਮੀ ਦੇ ਮੌਕੇ 'ਤੇ ਸੇਕ ਹੀ ਲੈਂਦੇ ਨੇ, ਪਰ ਇਸ ਦਾ ਅਸਲ ਦਰਦ ਤਾਂ ਸੰਤਾਪ ਹੰਢਾ ਰਹੀਆਂ ਸਿੱਖ ਸੰਗਤਾਂ ਹੀ ਸਮਝ ਸਕਦੀਆਂ ਨੇ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਦੁਨੀਆ ਭਰ ਦੀ ਤਾਜ਼ਾ ਤਰੀਨ ਖਬਰਾਂ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਤੇ ਦਬਾਓ ਬੈਲ ਬਟਨ ਐਂਡ ਆਲਸੋ ਲਾਈਕ ਆਵਰ ਫੇਸਬੁੱਕ ਪੇਜ।